ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ। ਸਾਜਣ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ। ਸਰਬ ਕਲਿਆਣ ਸੁਖ ਨਿਤ ਨਾਮ, ਬੂੜਤ ਜਾਤ ਪਾਏ ਵਿਸਰਾਮ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ। ਤੋ ਸਾਧ ਜੀ, ਇਹ ਆਪ ਜੀ ਨੇ ਪੰਜਵੀਂ ਪਦੀ ਵੀਹਵੀਂ ਅਸ਼ਟਪਦੀ ਦੀ ਸੁਖਮਨੀ ਸਾਹਿਬ ਦੇ ਵਿੱਚੋਂ ਸਰਵਣ ਕੀਤੀ ਹੈ। ਤੇ ਇਸ ਦੇ ਵਿੱਚ ਗੁਰੂ ਸਾਹਿਬ ਸਾਨੂੰ ਫਿਰ ਹੁਣ ਇਹ ਸਮਝਾਉਂਦੇ ਹੈ ਕਿ ਸਾਜਣ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਸਾਜਣ ਸੰਤ, ਸਾਜਣ ਹੁੰਦਾ ਹੈ ਪਰਮਾਤਮਾ, ਤੇ ਸੰਤ ਹੁੰਦਾ ਹੈ ਜਿਹੜਾ ਪਰਮਾਤਮਾ ਨਾਲ ਮਿਲਨ ਕਰਨ ਵਾਲਾ ਹੁੰਦਾ, ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਨਾ, ਸੰਤ ਸਾਜਣ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਜਾਂ ਗੁਰੂ ਸਾਹਿਬ ਕਹਿੰਦੇ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਾਜਣ ਪਰਮ ਪਿਤਾ ਪਰਮਾਤਮਾ ਦਾ ਨਾਮ ਹੈ, ਸੰਤ ਜਿਹੜਾ ਉਸ ਆਤਮਾ ਦਾ ਨਾਮ ਹੈ ਜਿਹੜੀ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਕਿ ਦੋਨੇ, ਜਦੋਂ ਪਰਮਾਤਮਾ ਤੇ ਆਤਮਾ ਮਿਲ ਜਾਂਦੇ ਆ ਨਾ, ਸਾਜਣ ਔਰ ਸੰਤ ਮਿਲ ਜਾਂਦੇ ਆ, ਉਦੋਂ ਇਹ ਇੱਕ ਰਸ ਹੋ ਜਾਂਦੇ ਆ, ਸਹਿਰ ਰਸੇ ਹੋ ਜਾਂਦੇ ਆ, ਇੱਕ ਰਸ। ਸੰਤ ਸਾਜਣ ਭਏ ਸਰਸੇ, ਇੱਕ ਰਸ ਹੋ ਜਾਂਦੇ ਆ। ਤੇ ਗੁਰੂ ਸਾਹਿਬ ਕਹਿੰਦੇ ਆ, ਇਹ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੇ ਹਨ, ਤੇ ਇਹ ਆਤਮਾ ਦੇ ਅੰਤਰ ਪਰਮਾਤਮਾ ਤੇ ਆਤਮਾ ਜਿਹੜੇ ਹਨ, ਦੋਨੋਂ ਇੱਕ ਰਸ ਹੋ ਕੇ, ਇੱਕ ਮਿਕ ਹੋ ਕੇ, ਇੱਕ ਸੇਜ ਦੇ ਉੱਤੇ ਵਿਰਾਜਮਾਨ ਹੁੰਦੇ ਆ। ਹੁਣ ਉਹ ਗੁਰਮੁਖ ਪਿਆਰਾ ਜਿਹੜਾ ਆਪਣੀ ਆਤਮਾ ਦੀ ਮਨ ਦੀ ਮਲਣੀ ਗੱਲ ਨਹੀਂ ਕਰਦਾ, ਉਹ ਜੋ ਪਰਮਾਤਮਾ ਕਰਾਉਂਦਾ ਉਹ ਕਰਦਾ, ਜੋ ਪਰਮਾਤਮਾ ਉਸਨੂੰ ਦੱਸਦਾ ਉਵੇਂ ਕਰਦਾ। ਤੇ ਇਸ ਕਰਕੇ ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜੇ ਸੰਤ ਸਾਜਨ, ਇਹ ਦੋਨੋਂ ਹੁਣ ਇਕੱਠੇ ਹੋਏ ਗੁਰਮੁਖ ਪਿਆਰੇ ਆ ਨਾ ਜਿਹੜੇ, ਤੇ ਉਹ ਗੁਰਮੁਖ ਪਿਆਰਾ ਹੋ ਜਾਂਦਾ। ਹੁਣ ਗੁਰਮੁਖ ਪਿਆਰੇ ਨੂੰ ਇਹ ਬਖਸ਼ਿਸ਼ ਕਰ ਰਹੇ ਆ, ਭਾਈ ਤੂੰ ਇਹ ਕੰਮ ਕਰ। ਕੀ ਕੰਮ ਕਰ? ਗੁਰੂ ਸਾਹਿਬ ਕਹਿੰਦੇ ਆ, ਆਨ ਤਿਆਗ ਜਪੋ ਹਰ ਨਾਮ। ਆਨ ਦਾ ਮਤਲਬ ਦੂਜਾ, ਭਾਵ ਪਰਮਾਤਮਾ ਦੇ ਨਾਮ ਤੋਂ ਇਲਾਵਾ ਹੁਣ ਸਾਰਾ ਦੂਸਰਾ ਜੋ ਹੈ ਨਾ ਮਾਇਆ ਦਾ ਖੇਲ, ਉਹਨੂੰ ਤਿਆਗ ਦੇ, ਸੰਸਾਰ ਨੂੰ ਤਿਆਗ ਕੇ ਤੂੰ ਸਿਰਫ ਪਰਮ ਪਿਤਾ ਪਰਮਾਤਮਾ ਦੇ ਨਾਮ ਦੇ ਵਿੱਚ ਰਚ ਜਾ। ਤੇ ਪਰਮਾਤਮਾ ਦਾ ਨਾਮ ਜਪ, ਇਹ ਉਸ ਗੁਰਮੁਖ ਪਿਆਰੇ ਦੀ, ਜਿਸ ਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਉਹ ਦਿਨ ਰਾਤ ਹੀ ਮਤਲਬ ਸਦਾ 24 ਘੰਟੇ ਅਣਦਿਨ ਅੱਠੋ ਪਹਿਰ ਜਿਹਨੂੰ ਕਹਿੰਦੇ ਹੈ, ਸਦਾ ਹੀ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਰਹਿੰਦਾ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਫਿਰ ਤੁਹਾਨੂੰ ਸੁੱਖ ਪ੍ਰਾਪਤ ਹੋ ਜਾਏਗਾ। ਭਾਈ ਸਿਮਰ 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 ਸੁੱਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਹੁਣ ਉਹ ਗੁਰਮੁਖ ਪਿਆਰੇ ਨੂੰ ਇਹ ਕਹਿੰਦੇ ਆ, ਭਾਈ ਤੁਸੀਂ ਆਪ ਸਿਮਰ ਸਿਮਰ ਤਿੰਨ ਕਾਲਾਂ ਦੇ ਵਿੱਚ, ਤਿੰਨ ਕਾਲਾਂ ਮਤਲਬ ਸਿਮਰ ਅੱਜ ਵੀ, ਕੱਲ ਵੀ, ਆਉਣ ਵਾਲੇ ਕੱਲ ਵੀ। ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਜਦੋਂ ਇਸ ਤਰ੍ਹਾਂ ਅੱਗੇ ਆਉਣ ਵਾਲਾ ਕੱਲ ਫਿਰ ਬਣ ਜਾਏਗਾ, ਫਿਰ ਉਸਦਾ ਅੱਜ ਵਰਤਮਾਨ, ਫਿਰ ਮਤਲਬ ਬੀਤਿਆ ਹੋਇਆ ਕੱਲ, ਵਰਤਮਾਨ ਔਰ ਅੱਗੇ ਜੋ ਭਵਿੱਖ ਆਉਣ ਵਾਲਾ। ਇੱਥੇ ਗੁਰੂ ਸਾਹਿਬ ਕਹਿੰਦੇ ਆ, ਭਾਈ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰ ਤੇ ਫਿਰ ਤੈਨੂੰ ਸੁੱਖ ਪ੍ਰਾਪਤ ਹੋ ਜਾਏਗਾ। ਤੇ ਨਾਲ ਇਹ ਵੀ ਕੰਮ ਕਰਕੇ, ਆਪ ਤਾਂ ਤੂੰ ਨਾਮ ਸਿਮਰਦਾ ਹੀ ਸਿਮਰਦਾ ਹੈ, ਆਪ ਜਪੋ ਅਵਰੈ ਨਾਮ ਜਪਾਵੋ, ਆਪ ਵੀ ਨਾਮ ਸਿਮਰਨ ਕਰ ਤੇ ਦੂਸਰਿਆਂ ਨੂੰ ਵੀ ਜਪਾ।
साध संगत दे विच जेड़े सिख सेवक संगत तेरे कोले आउंदी है उस नूं भाई तू नाम जपा परमात्मा दा उन्हां नूं सच दा मार्ग दस उन्हां नूं परमात्मा दे गुणां दी सिफत सलाह दी जिहड़ी आ वडियाई दी जिहड़ी चर्चा है ਉਹ ਸਤਸੰਗ ਕਰ ਉਹਨਾਂ ਨੂੰ ਸਮਝਾ ਕੇ ਪਰਮਾਤਮਾ ਦਾ ਨਾਮ ਸੱਚ ਜਿਹੜਾ ਹੈ ਉਹ ਨਾਮ ਅੰਮ੍ਰਿਤ ਹੈ ਉਹ ਦੁੱਖਾਂ ਕਲੇਸ਼ਾਂ ਦਾ ਨਾਸ ਕਰਨ ਵਾਲਾ ਉਹ ਸੁੱਖ ਦੇਣ ਵਾਲਾ ਉਹ ਪਰਮਾਤਮਾ ਨਾਲ ਮਿਲਾਉਣ ਵਾਲਾ ਇਹ ਜਦੋਂ ਤੂੰ ਇਸ ਤਰ੍ਹਾਂ ਦਾ ਨਾਮ ਪਰਮਾਤਮਾ ਦਾ ਦੂਸਰਿਆਂ ਨੂੰ ਜਪਾਵੇਂਗਾ ਤੇ ਉਹਨਾਂ ਦਾ ਵੀ ਕਲਿਆਣ ਹੋ ਜਾਏਗਾ ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਤੇ ਇਸ ਤਰ੍ਹਾਂ ਦੇ ਨਾਲ ਜਦੋਂ ਤੂੰ ਸੰਸਾਰ ਨੂੰ ਭਗਤੀ ਪਾਏ ਦੇ ਵਿੱਚ ਲਾ ਦੇਗਾ ਨਾ ਪਰਮਾਤਮਾ ਦੀ ਭਗਤੀ ਦੇ ਵਿੱਚ ਲਾ ਦੇਗਾ ਪਰਮਾਤਮਾ ਦੇ ਪਿਆਰ ਦੇ ਵਿੱਚ ਲਾ ਜਾਏਗਾ ਤੇ ਸੰਸਾਰ ਦੇ ਲੋਕ ਵੀ ਜਿਹੜੇ ਆ ਉਹ ਤਰ ਜਾਣਗੇ ਤੇ ਜੇ ਤੂੰ ਉਹ ਪਰਮਾਤਮਾ ਦੀ ਭਗਤੀ ਉਹਨਾਂ ਨੂੰ ਨਾ ਮਿਲੀ ਤੇ ਫਿਰ ਬਿਨ ਭਗਤੀ ਤਨ ਹੋਸੀ ਸ਼ਾਰ ਉਹਨਾਂ ਦਾ ਤਨ ਜਿਹੜਾ ਹੈ ਉਹ ਫਿਰ ਖੇ ਹੋ ਜਾਏਗਾ ਇਸ ਕਰਕੇ ਤੂੰ ਇਹ ਕਰਮ ਕਮਾਉਣਾ ਹੈ ਕਿ ਹੁਣ ਆਪ ਨਾਮ ਸਿਮਰਨ ਕਰਿਆ ਕਰ ਨਾਲ ਸੰਗਤਾਂ ਨੂੰ ਵੀ ਜਪਾਇਆ ਹੋਰਾਂ ਨੂੰ ਵੀ ਜਪਾਇਆ ਕਰ ਆਪ ਜਪੋ ਅਵਰੈ ਨਾਮ ਜਪਾਓ ਤੇ ਇਸ ਤਰ੍ਹਾਂ ਦੇ ਨਾਲ ਭਾਈ ਸੰਸਾਰ ਦੇ ਹੋਰ ਲੋਕਾਂ ਦਾ ਜਿਹੜਾ ਹੈ ਨਾ ਉਹ ਤਰਨਾ ਹੋ ਜਾਏਗਾ ਭਾਵ ਸਾਗਰ ਤੋਂ ਉਹ ਤਰ ਜਾਣਗੇ ਉਹਨਾਂ ਦਾ ਤਨ ਜਿਹੜਾ ਹੈ ਉਹਨਾਂ ਦਾ ਮਨ ਜਿਹੜਾ ਹੈ ਉਹ ਸਫਲ ਹੋ ਕੇ ਪਰਮਾਤਮਾ ਦੇ ਲੇਖੇ ਲੱਗ ਜਾਏਗਾ ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਸਰਬ ਕਲਿਆਣ ਸੁਖ ਨਿਧ ਨਾਮ ਬੂਡਤ ਜਾਤ ਪਾਏ ਵਿਸਰਾਮ ਇਸ ਤਰ੍ਹਾਂ ਦੇ ਨਾਲ ਉਹਨਾਂ ਗੁਰਮੁਖ ਪਿਆਰਿਆਂ ਦਾ ਵੀ ਸਾਰਾ ਕਲਿਆਣ ਹੋ ਜਾਏਗਾ ਔਰ ਸਾਰੇ ਸੁੱਖ ਮਿਲ ਜਾਣਗੇ ਸਾਰੇ ਨਿਧੀਆਂ ਦੇ ਖਜ਼ਾਨੇ ਉਹਨਾਂ ਨੂੰ ਮਿਲ ਜਾਣਗੇ ਨਾਮ ਦੁਆਰਾ ਜਦੋਂ ਉਹ ਨਾਮ ਸਿਮਰਨ ਕਰਨਗੇ ਉਹਨਾਂ ਨੂੰ ਇਹ ਸਾਰੀਆਂ ਵਸਤਾਂ ਪ੍ਰਾਪਤ ਹੋ ਜਾਣਗੀਆਂ ਤੇ ਜਿਹੜਾ ਉਹਨਾਂ ਦਾ ਜੀਵਨ ਆਤਮਾ ਜਿਹੜੀ ਹੈ ਬੂਢਤ ਭਾਵ ਨਾਮ ਤੋਂ ਬਿਨਾਂ ਡੁੱਬਣ ਹਾਰੀ ਸੀ ਡੁੱਬਦੀ ਜਾ ਰਹੀ ਸੀ ਹਮੇਸ਼ਾ ਪਾਪ ਕਰਮ ਖੱਟੀ ਜਾਂਦੀ ਸੀ ਪਰਮਾਤਮਾ ਦੇ ਨਾਮ ਬਿਨਾਂ ਉਹਨੂੰ ਮੈਲ ਹੀ ਮੈਲ ਲੱਗੀ ਜਾਂਦੀ ਸੀ ਤੇ ਉਹ ਡੁੱਬਦੀ ਜਾ ਰਹੀ ਸੀ ਉਸ ਨੂੰ ਉਹ ਵਿਸ਼ਰਾਮ ਪੈ ਜਾਏਗਾ ਔਰ ਉਹ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਆਪਣੇ ਮਨ ਤੋਂ ਹੌਲੀ ਹੌਲੀ ਮੈਲ ਲਾ ਕੇ ਉਹ ਤਰ ਜਾਏਗੀ ਉਹਨਾਂ ਦੇ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਏਗਾ ਉਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਇਹ ਭਲਾ ਸੰਸਾਰ ਦੇ ਵਿੱਚ ਤੂੰ ਭਲਿਆ ਲੋਕਾਂ ਤੂੰ ਕਰਦਾ ਰਹਿਣਾ ਹੁਣ ਆਪ ਵੀ ਸਿਮਰਨਾ ਔਰ ਤੂੰ ਲੋਕਾਂ ਨੂੰ ਵੀ ਸਰਾਉਣਾ ਲੋਕਾਂ ਦਾ ਇਹ ਜੀਵਨ ਜਿਹੜਾ ਸੁਧਾਰਨਾ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਤੇ ਇਸ ਤਰ੍ਹਾਂ ਦੇ ਨਾਲ ਸਾਰੇ ਦੁੱਖਾਂ ਦਾ ਨਾਸ ਹੋ ਜਾਊਗਾ ਤੁਸੀਂ ਵੀ ਆਪ ਵੀ ਨਾਮ ਜਪਰੋਗੇ ਸੰਸਾਰ ਨੂੰ ਵੀ ਜਪਾਓਗੇ ਤੁਹਾਡੇ ਦੁੱਖਾਂ ਕਲੇਸ਼ਾਂ ਦਾ ਵੀ ਨਾਸ ਹੋਇਆ ਰਹੇਗਾ ਔਰ ਪਰਮਾਤਮਾ ਦਾ ਨਾਮ ਜਿਹੜਾ ਨਾ ਜਦੋਂ ਤੁਸੀਂ ਜਪੋਗੇ ਉਸ ਗੁਣਾਂ ਦੇ ਪੁਤਲੇ ਦਾ ਤੇ ਤੁਹਾਨੂੰ ਵੀ ਗੁਣਾਂ ਦੀ ਪ੍ਰਾਪਤੀ ਹੋ ਜਾਏਗੀ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਸਾਧ ਸੰਗਤ ਨੂੰ ਵੀ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਭਾਈ ਐਸਾ ਕਰਮ ਕਰਦੇ ਰਹਿਣਾ ਅੱਗੇ ਗੁਰੂ ਸਾਹਿਬ ਕਹਿੰਦੇ ਆ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸਵਾਓ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਤੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਸਤ ਦੀ ਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਹੁਣ ਛੇਵੀਂ ਪਦੀ ਦੇ ਵਿੱਚ ਫਿਰ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਭਾਈ ਇਸ ਤਰ੍ਹਾਂ ਦੇ ਨਾਲ ਗੁਰਮੁਖ ਪਿਆਰਿਆਂ ਦੇ ਅੰਤਰ ਹਿਰਦੇ ਦੇ ਵਿੱਚ ਜਿਹੜੇ ਨਾ ਪਰਮਾਤਮਾ ਦੇ ਪ੍ਰੇਮ ਦੀ ਪ੍ਰੀਤ ਉਪਜਦੀ ਹੈ ਪਰਮਾਤਮਾ ਦੇ ਪ੍ਰੇਮ ਦਾ ਰਸ ਜਿਹੜਾ ਹੈ ਚਾਓ ਪੈਦਾ ਹੁੰਦਾ ਹੈ ਕਿ ਅਸੀਂ ਵੀ ਭਗਤੀ ਕਰੀਏ ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਉਹਨਾਂ ਦੇ ਅੰਤਰ ਹਿਰਦੇ ਦੇ ਵਿੱਚ ਇਹ ਸਵਾਓ ਜਿਹੜਾ ਹੈ ਨਾ ਸਵਾਓ ਮਤਲਬ ਆਪਣਾ ਸਵਾਰਥ ਇਹ ਸਵਾਰਥ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੋ ਜਾਂਦਾ ਕਿ ਅਸੀਂ ਵੀ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ ਇਹ ਉਹਨਾਂ ਦਾ ਸਵਾਰਥ ਬਣ ਜਾਂਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਨੇਤਰੋ ਪੇਖ ਦਰਸ ਸੁਖ ਹੋਏ ਤੇ ਫਿਰ ਜਦੋਂ ਨੇਤਰਾਂ ਤੋਂ ਭਗਤੀ ਕਰਕੇ ਨਾ ਆਪਣੇ ਨੇਤਰਾਂ ਤੋਂ ਉਸ ਪਰਮ ਪਿਤਾ ਪਰਮਾਤਮਾ ਦਾ ਦਰਸ ਕਰਦੇ ਆ ਤੇ ਉਦੋਂ ਫਿਰ ਉਹਨਾਂ ਨੂੰ ਸੁੱਖ ਹੋ ਜਾਂਦਾ ਹੈ ਉਹਨਾਂ ਨੂੰ ਸੁੱਖ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮਾਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਜੀਵਨ ਦੇ ਵਿੱਚ ਸੁਖੀ ਹੋ ਜਾਂਦੇ ਹੈ ਗੁਰੂ ਸਾਹਿਬ ਕਹਿੰਦੇ ਆ ਮਨ ਬਿਕਸੈ ਸਾਧ ਚਰਨ ਤੋਏ ਭਗਤ ਜਨਾ ਕਹਿ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਜਦੋਂ ਫਿਰ ਇਹ ਪਰਮਾਤਮਾ ਦੇ ਦਰਸ਼ਨ ਹੌਲੀ ਹੌਲੀ ਪਾਉਂਦੇ ਆ ਨਾ ਤੇ ਫਿਰ ਉਹਨਾਂ ਮਹਾਂਪੁਰਸ਼ਾਂ ਦੀ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੋਇਆ ਹੈ ਉਹਨਾਂ ਦੇ ਨਾਲ ਸੰਗਤ ਕਰਕੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੇ ਮਨ ਨੂੰ ਜੋੜ ਕੇ
ਚਰਨ ਧੋਣਾ ਕਹਿੰਦੇ ਮੰਨ ਲਓ ਜਿਵੇਂ ਕਿਸੇ ਦੇ ਅਸੀਂ ਸਤਿਕਾਰ ਕਰੀਏ ਨਾ ਤੇ ਉਹਨੂੰ ਇਹ ਕਹਿੰਦੇ ਆ ਚਰਨ ਧੋਣਾ। ਕਿਸੇ ਮਹਾਂਪੁਰਸ਼ ਦਾ ਸਤਿਕਾਰ ਕਰੀਏ ਉਹਦੇ ਚਰਨਾਂ 'ਚ ਅਸੀਂ ਨਤਮਤ ਹੋ ਕੇ ਉਸਦੀ ਸੇਵਾ ਕਰੀਏ ਉਹਨੂੰ ਕਹਿੰਦੇ ਆ ਚਰਨ ਧੋਣਾ। ਤੇ ਇਸ ਤਰ੍ਹਾਂ ਦੇ ਨਾਲ ਉਹ ਸਾਧਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਉਹਨਾਂ ਦੀ ਸੇਵਾ ਕਰਦੇ ਹੋਏ ਮਨ ਜਿਹੜਾ ਉਹਨਾਂ ਦਾ ਖੁਸ਼ ਰਹਿੰਦਾ ਹੈ ਤੇ ਮਨ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ, ਖੇੜੇ ਪ੍ਰਾਪਤ ਹੁੰਦੇ ਆ, ਆਨੰਦ ਪ੍ਰਾਪਤ ਹੁੰਦਾ ਹੈ। ਮੰਗਲਾ ਚਰਨ ਉਹਨਾਂ ਦਾ ਮੰਗਲ ਜਿਹੜਾ ਹੈ, ਖੁਸ਼ੀਆਂ ਜਿਹੜੀਆਂ ਉਹ ਖੇੜੇ ਬਰਕਰਾਰ ਰਹਿੰਦੇ ਆ ਇਸ ਤਰ੍ਹਾਂ ਦੇ ਨਾਲ ਸਾਧਾਂ ਦੀ ਸੇਵਾ ਕਰਕੇ। ਤੇ ਗੁਰੂ ਸਾਹਿਬ ਕਹਿੰਦੇ ਅੱਗੇ ਕੀ ਕਹਿੰਦੇ ਆ, ਹੁਣ ਭਗਤ ਜਣਾ ਕਹਿ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ। ਤੇ ਇਸ ਤਰ੍ਹਾਂ ਦੇ ਨਾਲ ਇਹ ਭਗਤ ਜਨ ਜਿਹੜੇ ਹੁੰਦੇ ਆ ਨਾ ਉਹਨਾਂ ਦੇ ਵਿੱਚ ਪਰਮਾਤਮਾ ਦਾ ਰੰਗ ਹੁੰਦਾ ਹੈ, ਮਨ ਦੇ ਵਿੱਚ ਵੀ ਰੰਗ ਰੰਗਿਆ ਹੁੰਦਾ ਔਰ ਤਨ ਵੀ ਉਹਨਾਂ ਦਾ ਪਰਮਾਤਮਾ ਦੇ ਰੰਗ 'ਚ ਰੰਗਿਆ ਹੁੰਦਾ। ਉਹ ਆਪਣੇ ਆਪ ਨੂੰ ਬੇਸੁੱਧ ਹੋ ਜਾਂਦੇ, ਆਪਣੇ ਆਪ ਨੂੰ ਵਿਦੇਹੀ ਹੋ ਜਾਂਦੇ ਆ, ਕੋਈ ਸਰੀਰ ਦਾ ਉਹਨਾਂ ਨੂੰ ਖਿਆਲ ਨਹੀਂ ਹੁੰਦਾ ਔਰ ਇੰਨੇ ਮਸਤ ਹੁੰਦੇ ਆ ਨਾਮ ਦੇ ਨਸ਼ੇ ਦੇ ਵਿੱਚ, ਨਾਮ ਦਾ ਅੰਮ੍ਰਿਤ ਪੀ ਕੇ ਜਿਹੜਾ ਹੈ ਨਾ ਉਹ ਅਗਾਏ ਰਹਿੰਦੇ ਆ, ਰੰਗ ਦੇ ਵਿੱਚ ਰੰਗੇ ਰਹਿੰਦੇ, ਹਮੇਸ਼ਾ ਪਰਮਾਤਮਾ ਦੇ ਰੰਗ 'ਚ ਰੰਗੇ ਰਹੇ। ਉਹਨਾਂ ਨੂੰ ਹੋਰ ਕੁਛ ਮਾਇਆ ਦੀਦੀ ਨਹੀਂ, ਉਹਨਾਂ ਨੂੰ ਸੰਸਾਰ ਦੇ ਕੋਈ ਖੇਲ ਨਹੀਂ ਦਿੰਦੇ, ਉਹਨਾਂ ਨੂੰ ਕੋਈ ਪੁੱਤਾਂ ਧੀਆਂ ਦਾ ਪਿਆਰ ਨਹੀਂ ਰਹਿੰਦਾ, ਉਹ ਸਿਰਫ ਇੱਕ ਪਿਆਰ ਪਰਮਾਤਮਾ ਦੇ ਚਰਨਾਂ 'ਚ ਹੀ ਬੈਠਾ ਰਹਿੰਦਾ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਐਸਾ ਸੰਗ ਪਰਮਾਤਮਾ ਦਾ ਜਿਹੜਾ ਹੈ ਨਾ ਭਾਈ, ਜਿਹਨਾਂ 'ਤੇ ਪਰਮਾਤਮਾ ਦਾ ਰੰਗ ਚੜ੍ਹ ਜਾਂਦਾ, ਉਹ ਕੋਈ ਵਿਰਲੇ ਵਿਰਲੇ ਹੁੰਦੇ ਆ, ਸਾਰਿਆਂ ਨੂੰ ਨਹੀਂ ਮਿਲਦਾ। ਜੇ ਸੰਸਾਰ ਦੇ ਵਿੱਚ ਕੋਈ ਲੱਖਾਂ ਕਰੋੜਾਂ ਬੰਦੇ ਆ ਨਾ, ਤੇ ਗੁਰੂ ਸਾਹਿਬ ਕਹਿੰਦੇ ਉਹਨਾਂ 'ਚੋਂ ਕੁਛ ਬੰਦੇ ਐਸੇ ਹੁੰਦੇ ਆ ਜਿਹੜੇ ਐਸੇ ਰੰਗ ਨੂੰ ਪ੍ਰਾਪਤ ਹੁੰਦੇ ਆ, ਪਰਮਾਤਮਾ ਦੀ ਕਿਰਪਾ ਪ੍ਰਾਪਤ ਹੁੰਦੀ ਆ, ਪਰਮਾਤਮਾ ਦੀ ਦਰਸਧਾਰੇ ਕਰਦੇ, ਪਰਮਾਤਮਾ ਉਹਨਾਂ ਦੇ ਅੰਗ ਸੰਗ ਉਹਨਾਂ ਦੇ ਹਿਰਦੇ ਦੇ ਵਿੱਚ ਬਿਰਾਜਮਾਨ ਹੁੰਦਾ, ਇਹ ਕੋਈ ਵਿਰਲੇ ਹੁੰਦੇ ਆ। ਤੇ ਇਸ ਕਰਕੇ ਭਾਈ ਤੁਸੀਂ ਗੁਰੂ ਪਿਆਰੇ ਹੋ, ਜੇ ਐਸੇ ਰੰਗ ਨਾਲ ਰੰਗਣਾ ਹੈ ਨਾ, ਐਸਾ ਪਰਮਾਤਮਾ ਦਾ ਪ੍ਰੇਮ ਕਰਨਾ ਹੈ, ਐਸੇ ਪਰਮਾਤਮਾ ਦੀ ਭਗਤੀ ਕਰਨੀ ਹੈ, ਤੇ ਫਿਰ ਇੱਕ ਬੇਨਤੀ ਲਾਇਆ ਕਰੋ ਸੱਚੇ ਪਾਤਸ਼ਾਹ, ਕਿਰਪਾ ਕਰੋ, ਏਕ ਬਸਤ ਦੀ ਜੈ ਕਰ ਮਯਾ, ਗੁਰ ਪ੍ਰਸਾਦ ਨਾਮ ਜਪ ਲਿਆ। ਹੇ ਪਰਮ ਪਿਤਾ ਪਰਮਾਤਮਾ, ਤੁਸੀਂ ਸਾਡੇ ਤੇ ਇੱਕ ਕਿਰਪਾ ਕਰੋ, ਸਾਨੂੰ ਇੱਕ ਵਸਤੂ ਦੇ ਦਿਓ। ਕੀ ਵਸਤੂ ਦੇ ਦਿਓ? ਕਿਰਪਾ ਕਰਕੇ ਸਾਨੂੰ ਇੱਕ ਵਸਤੂ ਦੇ ਦਿਓ। ਕੀ ਦੇ ਦਿਓ? ਕਿ ਗੁਰੂ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਅਸੀਂ ਤੇਰਾ ਨਾਮ ਜਪਦੇ ਰਹੀਏ, ਮੁੱਖ ਤੋਂ ਤੇਰਾ ਨਾਮ ਲੈਂਦੇ ਰਹੀਏ, ਨਾਮ ਜਪ ਜਿਹੜਾ ਹੈ ਉਹ ਹਮੇਸ਼ਾ ਸਾਡੇ ਮੁੱਖ ਦੇ ਉੱਤੇ ਆਉਂਦਾ ਰਹੇ। ਇਹ ਕਿਰਪਾ ਕਰ ਦਿਓ ਗੁਰੂ ਸਾਹਿਬ, ਕਿਰਪਾ ਕਰੋ ਸਾਨੂੰ ਇਹ ਬਸ ਮਾਇਆ ਕਰਕੇ, ਕਿਰਪਾ ਕਰਕੇ ਸਾਨੂੰ ਦੇ ਦਿਓ। ਅੱਗੇ ਗੁਰੂ ਸਾਹਿਬ ਕੀ ਕਹਿੰਦੇ ਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਤੇ ਫਿਰ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਮਹਾਂਪੁਰਖ, ਅਕਾਲ ਪੁਰਖ ਜਿਹੜਾ ਹੈ, ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਜਿਹਨੇ ਸਾਰੀ ਸ੍ਰਿਸ਼ਟੀ ਬਣਾ ਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ, ਉਹ ਅਕਾਲ ਪੁਰਖ ਦੀ ਉਪਮਾ ਜਿਹੜੀ ਆ ਨਾ ਫਿਰ ਏਡੀ ਵੱਡੀ ਹੈ ਕਿ ਜੋ ਅਸੀਂ ਮੰਗਦੇ ਹਾਂ ਉਹੀ ਦੇ ਦਿੰਦਾ। ਤੇ ਉਹਦੀ ਉਪਮਾ, ਉਹਦੀ ਵਡਿਆਈ ਜਿਹੜੀ ਆ, ਉਹਦੀ ਮਹਿਮਾ ਫਿਰ ਅਸੀਂ ਕਹਿ ਨਹੀਂ ਸਕਦੇ ਵੀ ਉਹ ਕਿੰਨਾ ਕੁ ਵੱਡਾ ਹੈ, ਕਿੰਨੀ ਕਿਰਪਾ ਸਾਡੇ ਤੇ ਕਰਦਾ, ਕਿੰਨੀਆਂ ਕੁ ਬਖਸ਼ਾਂ ਕਰਦਾ, ਅਨੇਕ ਅਨੰਤ ਬੇਅੰਤ ਹੈ ਉਹ ਤੇ ਬੇਅੰਤ ਬਖਸ਼ਾਂ ਕਰਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਉਹ ਜਿਹੜਾ ਨਾ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਉਹ ਏਡਾ ਕਿਰਪਾਲੂ ਹੈ ਕਿ ਉਸਦੀ ਕੋ ਕਿਰਪਾ ਦੀ, ਉਸਦੀ ਬਖਸ਼ਿਸ਼ ਦੀ ਅਸੀਂ ਉਪਮਾ ਨਹੀਂ ਕਰ ਸਕਦੇ, ਉਸਦੀ ਅਸੀਂ ਉਪਵਡਿਆਈ ਕਰ ਹੀ ਨਹੀਂ ਸਕਦੇ। ਸਾਡੇ ਕੋਲ ਐਸੀ ਕੋਈ ਸ਼ਕਤੀ ਨਹੀਂ ਹੈ, ਸਾਡੀ ਜ਼ਬਾਨ ਕੋਲ ਐਸੀ ਸ਼ਕਤੀ ਕੋਈ ਨਹੀਂ ਹੈ ਕਿ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੀ ਉਪਮਾ ਕਰ ਸਕੀਏ, ਅਸੀਂ ਉਸਦੀ ਕੋਈ ਵਡਿਆਈ ਕਰ ਸਕੀਏ। ਗੁਰੂ ਸਾਹਿਬ ਕਹਿੰਦੇ ਆ ਉਹ ਪਰਮ ਪਿਤਾ ਪਰਮਾਤਮਾ ਸਭ ਦੇ ਵਿੱਚ ਸਮਾਇਆ ਹੋਇਆ, ਔਰ ਉਹਨਾਂ ਗੁਰਮੁਖ ਪਿਆਰਿਆਂ ਦੇ ਵਿੱਚ ਵੀ ਸਮਾਇਆ ਹੁੰਦਾ, ਪਰਮਾਤਮਾ ਉਹਨਾਂ ਦੇ ਅੰਗ ਸੰਗ ਹੁੰਦਾ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਸੱਤਵੀਂ ਪਦੀ ਦੇ ਵਿੱਚ ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਆ, ਫਿਰ ਉਹ ਪਰਮ ਪੁਰਖ ਜਿਹੜਾ ਹੈ, ਪਰਮਾਤਮਾ ਜਿਹੜਾ ਹੈ, ਉਹ ਆਪਣੇ ਸੇਵਕਾਂ ਦੀ ਕਿਸ ਤਰ੍ਹਾਂ ਰਕਸ਼ਾ ਕਰਦਾ। ਗੁਰੂ ਸਾਹਿਬ ਕਹਿੰਦੇ ਆ ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਤਿਪਾਲ, ਆਦ ਪੁਰਖ ਕਾਰਨ ਕਰਤਾਰ, ਭਗਤ ਜਨਾ ਕਹਿ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨ ਹੀਤ, ਹਮ ਨਿਰਗੁਣ ਆਰ ਨੀਚ ਅਜਾਣ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਹਮ ਨਿਰਗੁਣ ਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਹੁਣ ਸੱਤਵੀਂ ਪਦੀ ਦੇ ਵਿੱਚ ਫਿਰ ਗੁਰੂ ਸਾਹਿਬ ਸਾਨੂੰ ਇਹ ਬਖਸ਼ਦੇ ਹੈ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਫਿਰ ਸਾਡੇ ਤੇ ਕੀ ਕੀ ਬਖਸ਼ਾਂ ਕਰਦਾ ਹੈ, ਕੈਸੀਆਂ ਕਰਦਾ ਹੈ, ਔਰ ਉਹ ਕੈਸਾ ਹੈ, ਕੀ ਵਡਿਆਈ ਹੈ ਉਹਦੀ। ਹੁਣ ਗੁਰੂ ਸਾਹਿਬ ਕਹਿੰਦੇ ਹੈ ਬਖਸ਼ਿਸ਼ ਕਰਦੇ ਹੈ, ਪ੍ਰਭ ਬਖਸ਼ੰਦ ਦੀਨ ਦਿਆਲ,
ਉਹ ਪਰਮ ਪਿਤਾ ਪਰਮਾਤਮਾ ਔਗਣ ਹਾਰਿਆਂ ਨੂੰ ਵੀ ਬਖਸ਼ਣ ਹਾਰਾ ਹੈ। ਉਹ ਆਪਣੇ ਸੇਵਕਾਂ ਦੇ ਔਗਣਾਂ ਨੂੰ ਬਖਸ਼ ਦਿੰਦਾ ਹੈ। ਕੋਈ ਗਲਤੀਆਂ ਹੋਣ, ਕੋਈ ਭੁੱਲਾਂ ਹੋਣ, ਉਹ ਬਖਸ਼ ਕੇ ਜਿਹੜਾ ਬੰਦਾ ਉਸਦੀ ਸ਼ਰਨ ਹੋ ਕੇ ਉਸ ਦੀ ਬੇਨਤੀ ਲਾਉਂਦਾ, ਸੱਚੇ ਪਾਤਸ਼ਾਹ ਮੈਨੂੰ ਭੁੱਲਾਂ ਬਖਸ਼ੋ, ਮੇਰੇ ਤੋਂ ਗਲਤੀਆਂ ਹੋਈਆਂ, ਮੈਨੂੰ ਆਪਣਾ ਨਾਮ ਦਿਓ, ਤੇ ਉਹ ਸਾਰੀਆਂ ਭੁੱਲਾਂ ਬਖਸ਼ ਕੇ ਉਸ ਨੂੰ ਬਖਸ਼ ਦਿੰਦਾ ਹੈ, ਔਰ ਬਖਸ਼ ਕੇ ਆਪਣੇ ਨਾਲ ਜੋੜ ਲੈਂਦਾ, ਆਪਣਾ ਨਾਮ ਦੇ ਦਿੰਦਾ, ਆਪਣਾ ਪਿਆਰ ਦੇ ਦਿੰਦਾ ਹੈ। ਉਹ ਏਡਾ ਦੀਨ ਦਿਆਲ ਆ, ਦੀਨ ਕਹਿੰਦੇ ਆ ਨੀਵੇਂ ਬੰਦੇ, ਜੋ ਬੰਦਾ ਗਰੀਬ ਹੋਵੇ, ਦੀਨ, ਦੀਨ ਕਹਿੰਦੇ ਆ ਮਤਲਬ ਉਸਦੇ ਕੋਲੇ ਕੋਈ ਐਸੀ ਸ਼ਕਤੀ ਨਾ ਹੋਵੇ ਕਿ ਉਹ ਕੁਛ ਕਰਨ ਜੋਗਾ ਹੋਵੇ। ਦੀਨ ਕਹਿੰਦੇ ਆ ਗਰੀਬ ਨੂੰ ਵੀ ਕਹਿੰਦੇ ਆ, ਮਨ ਤੋਂ ਗਰੀਬ ਹੋਵੇ ਜਿਹੜਾ ਉਹਨੂੰ ਕਹਿੰਦੇ ਆ ਦੀਨ। ਕਹਿੰਦੇ ਆ ਇਮਾਨ ਵਾਲੇ ਸੱਚੇ ਬੰਦੇ, ਦੀਨ ਨੀਵੇਂ ਨੂੰ ਵੀ ਕਹਿੰਦੇ ਆ, ਜਿਹੜਾ ਨੀਵਾਂ ਬਿਲਕੁਲ ਗਰੀਬ ਹੋ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਦੀਨਾਂ ਦਾ ਦਿਆਲ ਹੈ, ਉਹ ਦੀਨਾਂ ਦੇ ਉੱਤੇ, ਇਹਨਾਂ ਗਰੀਬਾਂ ਦੇ ਉੱਤੇ, ਇਹ ਨੀਵੇਂ ਬੰਦਿਆਂ ਦੇ ਉੱਤੇ ਜੋ ਨੀਵੇਂ ਰਹਿੰਦੇ ਨਾ, ਨਾਨਕ ਨੀਵਾਂ ਜੋ ਚੱਲੇ ਲਗੇ ਨਾ ਤੱਤੀ ਵਾਓ, ਤੇ ਉਹਨਾਂ ਦੀਨਾਂ ਦੀ ਇਹ ਦਿਆਲਤਾ ਕਰਕੇ, ਇਹ ਦਿਆਲ ਪੁਰਖ ਹੈ, ਉਹਨਾਂ ਦੀ ਰਕਸ਼ਾ ਕਰਦਾ, ਉਹਨਾਂ ਨੂੰ ਬਖਸ਼ਦਾ ਹੈ, ਉਹਨਾਂ ਨੂੰ ਜੋ ਲੋੜਾਂ ਹੁੰਦੀਆਂ ਉਹਨਾਂ ਦੀਆਂ ਪੂਰੀਆਂ ਕਰਦਾ। ਤੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਭਗਤ ਵਛਲ ਸਦਾ ਕਿਰਪਾਲ, ਉਹ ਪਰਮ ਪਿਤਾ ਪਰਮਾਤਮਾ ਆਪਣੇ ਭਗਤਾਂ ਦੀ, ਦੀਨ ਬੰਦਿਆਂ ਦੀ, ਆਪਣੇ ਭਗਤਾਂ ਦੀ ਉਹ ਸਦਾ ਹੀ ਕਿਰਪਾ ਕਰਕੇ, ਕਿਰਪਾਲਤਾ ਕਰਕੇ ਰਕਸ਼ਾ ਕਰਦਾ, ਜੋ ਉਹਨਾਂ ਦੀਆਂ ਲੋੜਾਂ ਹੁੰਦੀਆਂ ਉਹ ਪੂਰੀਆਂ ਕਰਦਾ। ਉਹ ਭਗਤ ਵਛਲ ਹੈ, ਉਹ ਭਗਤਾਂ ਦੀ ਹਰ ਤਰੀਕੇ ਨਾਲ ਪਾਲਣਾ ਕਰਦਾ, ਹਰ ਤਰੀਕੇ ਨਾਲ ਲਾਜ ਰੱਖਦਾ, ਹਰ ਤਰੀਕੇ ਨਾਲ ਰਕਸ਼ਾ ਕਰਦਾ, ਹਰ ਤਰੀਕੇ ਨਾਲ ਆਪਣੇ ਭਗਤਾਂ ਨੂੰ ਮਾਣ ਬਖਸ਼ਦਾ। ਉਹ ਭਗਤਾਂ ਦਾ ਖਾਸ ਹੈ, ਉਹ ਭਗਤਾਂ ਦਾ ਰਾਖਾ ਹੈ, ਉਹ ਭਗਤਾਂ ਦਾ ਪਿਆਰਾ ਹੈ, ਉਹ ਭਗਤਾਂ ਦੀ ਲਾਜ ਨਹੀਂ ਜਾਣ ਦਿੰਦਾ। ਉਹ ਭਗਤ ਵਛਲ ਹੈ, ਭਗਤਾਂ ਨੂੰ ਪਾਲਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਆ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਿਪਾਲ। ਉਹ ਪਰਮਾਤਮਾ ਐਸਾ ਹੈ ਕਿ ਜਿਸ ਦਾ ਕੋਈ ਨਹੀਂ ਹੈ, ਜੋ ਅਨਾਥ ਹੈ। ਅਨਾਥ ਕਿਹਨੂੰ ਕਹਿੰਦੇ ਆ? ਜਿਸ ਦਾ ਕੋਈ ਮਾਂ ਪਿਓ ਨਾ ਹੋਵੇ। ਪਰ ਇੱਥੇ ਭਗਤੀ ਵੱਲੋਂ ਅਨਾਥ ਉਹ ਹੁੰਦਾ ਕਿ ਜਿਸ ਦਾ ਕੋਈ ਹੋਰ ਸਹਾਰਾ ਨਾ ਹੋਵੇ ਸੰਸਾਰ ਦੇ ਵਿੱਚ। ਉਹ ਇੱਕ ਪਰਮ ਪਿਤਾ ਪਰਮਾਤਮਾ ਨੂੰ ਆਪਣਾ ਸਹਾਰਾ ਜਾਣਦਾ ਹੋਵੇ, ਤੇ ਫਿਰ ਉਸ ਅਨਾਥ ਬੱਚੇ ਦਾ, ਜਿਸ ਦਾ ਕੋਈ ਨਾ ਨਾ ਹੋਵੇ, ਉਸ ਅਨਾਥ ਆਤਮਾ ਦਾ ਉਹ ਪਰਮ ਪਿਤਾ ਪਰਮਾਤਮਾ ਨਾਥ ਹੈ, ਉਹ ਮਾਲਕ ਹੈ, ਉਹ ਉਸ ਦੀ ਰਕਸ਼ਾ ਕਰਦਾ। ਉਹ ਗੋਬਿੰਦ ਹੈ, ਉਹ ਗੋਪਾਲ ਹੈ। ਗੋਬਿੰਦ ਭਾਵ ਇੰਦਰੀਆਂ ਨੂੰ ਠਾਕ ਰਹਾਉਣ ਵਾਲਾ, ਗੋਪਾਲ ਸਾਰੀ ਧਰਤੀ ਨੂੰ ਪਾਲਣ ਵਾਲਾ। ਉਹ ਪਰਮ ਪਿਤਾ ਪਰਮਾਤਮਾ ਐਸੇ ਗੁਣ ਰੱਖਦਾ, ਐਸੀ ਉਸਦੀ ਸ਼ਕਤੀ ਹੈ। ਉਹ ਅਨਾਥਾਂ ਦਾ ਨਾਥ ਹੈ, ਉਹ ਗੋਬਿੰਦ ਹੈ। ਗੋਬਿੰਦ ਭਾਵ ਭਗਵਾਨ ਪਰਮਾਤਮਾ ਵੀ ਹੈ, ਅਕਾਲ ਪੁਰਖ ਵੀ ਹੈ, ਵਾਹਿਗੁਰੂ ਵੀ ਹੈ ਗੋਬਿੰਦ ਨੂੰ ਕਹਿੰਦੇ। ਗੋਪਾਲ ਧਰਤੀ ਦੇ ਪਾਲਣ ਵਾਲਾ, ਸਾਰੇ ਧਰਤੀ ਦੇ ਜੀਵਾਂ ਨੂੰ ਪਾਲਣ ਵਾਲਾ, ਜਿਹੜਾ ਜਿਹਦਾ ਉਹਨਾਂ ਨੂੰ ਰਿਜ਼ਕ ਦਿੰਦਾ ਹੈ, ਉਹਨਾਂ ਨੂੰ ਖਾਣ ਪੀਣ ਦੀ ਰਸਦ ਪਾਣੀ ਭੇਜਦਾ ਹੈ, ਉਹ ਪਰਮ ਪਿਤਾ ਪਰਮਾਤਮਾ ਭਗਤਾਂ ਦੇ ਉੱਤੇ ਸਦਾ ਹੀ ਕਿਰਪਾਲ ਰਹਿੰਦਾ ਹੈ। ਉਹ ਭਗਤ ਵਛਲ ਹੈ, ਗੁਰੂ ਸਾਹਿਬ ਇਹ ਸਾਨੂੰ ਸਮਝਾਉਂਦੇ ਹੈ। ਤੇ ਉਹ ਗੁਰਮੁਖ ਪਿਆਰੇ ਸਾਰਿਆਂ ਦੀ, ਜਿੰਨੇ ਵੀ ਜੀਵ ਸੰਸਾਰ ਦੇ ਉੱਤੇ ਹੈ, ਸਰਬ ਘਟਾ ਕਰਤ ਪ੍ਰਤਿਪਾਲ। ਸੰਸਾਰ ਦੇ ਉੱਤੇ ਜਿੰਨੇ ਵੀ ਜੀਵ ਬਣਾ ਕੇ ਉਸਨੇ ਭੇਜੇ ਹੈ ਨਾ, ਸਾਰੇ ਸਰੀਰ ਆਕਾਰਾਂ ਦੇ ਵਿੱਚ, ਜਿਹੜੇ ਚਾਰੇ ਖਾਣੀਆਂ ਦੇ ਵਿੱਚੋਂ ਜਿੰਨੇ ਵੀ ਜੀਵ ਹੈ, ਚਾਹੇ ਅੰਡਜ ਹੋਵੇ, ਚਾਹੇ ਜੇਰਜ ਹੋਵੇ, ਚਾਹੇ ਸਿਹਤਜ ਹੋਵੇ, ਚਾਹੇ ਭਾਵ ਪੇੜ ਪੌਦੇ, ਪਸ਼ੂ ਪਕਸ਼ੀ, ਨਦੀਆਂ ਨਾਲੇ, ਕੀੜੇ ਮਕੌੜੇ, ਹੋਰ ਜਰਮ ਜਿਹੜੇ ਆ, ਜਾਂ ਮਨੁੱਖਾ ਜੂਨੀ, ਜਾਂ ਪਸ਼ੂ ਜੂਨੀ, ਜਾਂ ਪਕਸ਼ੀ ਜੂਨੀ, ਸਾਰੇ ਜਿਹੜੇ ਆ ਨਾ, ਇਹਨਾਂ ਦੀ ਉਹ ਜਿਹੜਾ ਹੈ ਨਾ ਪ੍ਰਤੀਪਾਲਣਾ ਕਰਦਾ, ਭਾਵ ਉਹਨਾਂ ਨੂੰ ਰਿਜ਼ਕ ਭੇਜਦਾ, ਉਹਨਾਂ ਨੂੰ ਖਾਣ ਪੀਣ ਦਾ ਸਮਾਨ ਭੇਜਦਾ। ਇਹ ਉਹ ਪਰਮ ਪਿਤਾ ਪਰਮਾਤਮਾ ਦੀ ਜ਼ਿੰਮੇਵਾਰੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆਦਿ ਪੁਰਖ ਕਾਰਨ ਕਰਤਾਰ। ਉਹ ਪਰਮਾਤਮਾ ਜਿਹੜਾ ਹੈ ਨਾ, ਉਹ ਆਦਿ ਪੁਰਖ ਹੈ। ਆਦਿ ਦਾ ਮਤਲਬ ਸਭ ਤੋਂ ਪਹਿਲਾ ਪੁਰਖ, ਮਨੁੱਖ। ਸਭ ਤੋਂ ਪਹਿਲੇ ਦਾ ਮਤਲਬ ਕਿ ਉਸ ਤੋਂ ਪਹਿਲਾਂ ਹੋਰ ਕੋਈ ਵੀ ਨਹੀਂ ਹੈ, ਉਸ ਨੂੰ ਜੰਮਣ ਵਾਲਾ ਹੋਰ ਕੋਈ ਨਹੀਂ ਹੈ, ਉਸ ਨੂੰ ਪੈਦਾ ਕਰਨ ਵਾਲਾ ਹੋਰ ਕੋਈ ਨਹੀਂ ਹੈ। ਇਸ ਕਰਕੇ ਉਹ ਆਦਿ ਹੈ। ਆਦਿ ਉਹ ਹੁੰਦਾ ਜਿਸ ਦਾ ਕੋਈ ਹੋਰ ਸਥਾਪਿਤ ਕਰਨ ਵਾਲਾ ਨਾ ਹੋਵੇ। ਤੇ ਉਹ ਆਦਿ ਪੁਰਖ ਜਿਹੜਾ ਹੈ ਨਾ, ਉਹ ਕਾਰਨ, ਇਹ ਸਾਰੀ ਸ੍ਰਿਸ਼ਟੀ ਦਾ ਕਾਰਨ ਵੀ ਇਹ ਕਰਦਾ ਹੈ। ਕਰਤਾਰ ਹੈ, ਕਰਤਾਰ ਹੈ ਭਾਵ ਕਰਨ, ਕਰਤਾ ਹੈ, ਕਰਨ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਕਾਰਨ ਬਣਾ ਕੇ ਉਸ ਨੂੰ ਪੈਦਾ, ਇਹ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਕਿਸ ਕਾਰਨ ਤੋਂ ਬਣਾਈ ਹੈ, ਉਹ ਕਾਰਨ ਵੀ ਆਪ ਬਣਾ ਲੈਂਦਾ ਹੈ, ਉਸ ਕਾਰਨ ਤੇ ਚਲਾਉਂਦਾ ਵੀ ਹੈ, ਜੋ ਕਾਰਨ ਬਣਾਉਂਦਾ ਉਸ ਤੇ ਚਲਾ ਕੇ ਇਸ ਸ੍ਰਿਸ਼ਟੀ ਨੂੰ ਪ੍ਰਤੀਪਾਲਣਾ ਕਰਦਾ ਹੈ, ਇਸ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਇਸ ਸ੍ਰਿਸ਼ਟੀ ਨੂੰ ਵਿਨਾਸ਼ ਵੀ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਆਦਿ ਪੁਰਖ ਕਾਰਨ ਕਰਤਾਰ,
ਭਗਤ ਜਨਾਂ ਕੇ ਪ੍ਰਾਣ ਆਧਾਰ। ਤੇ ਜਿਹੜੇ ਮਨੁੱਖ ਜਿਹੜੀਆਂ ਆਤਮਾਵਾਂ ਜਿਹੜੇ ਜੀਵ ਉਸ ਦੀ ਭਗਤੀ ਕਰਦੇ ਆ ਉਹਨਾਂ ਜੀਵਾਂ ਦੇ ਪ੍ਰਾਣਾਂ ਦਾ ਇਹ ਆਧਾਰ ਹੈ, ਭਾਵ ਉਹਨਾਂ ਦੇ ਜੀਵਾਂ ਦੇ ਪ੍ਰਾਣਾਂ ਨੂੰ ਇਹ ਆਪਣੀ ਟੇਕ ਦਿੰਦਾ ਹੈ, ਆਪਣਾ ਸਹਾਰਾ ਦਿੰਦਾ ਹੈ, ਆਪਣੇ ਹਰ ਜੋ ਲੋੜ ਉਹ ਮੰਗਦੇ ਹੈ, ਜੋ ਬਖਸ਼ਾਂ ਉਹ ਮੰਗਦੇ ਹੈ, ਜੋ ਇੱਛਾ ਉਹਦੀਆਂ ਹੁੰਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਪੂਰੀਆਂ ਕਰਦਾ ਔਰ ਭਗਤਾਂ ਨੂੰ ਕਦੇ ਵੀ ਦੁੱਖ ਨਹੀਂ ਹੋਣ ਦਿੰਦਾ। ਭਗਤਾਂ ਦੇ ਪ੍ਰਾਣਾਂ ਦਾ ਆਧਾਰ ਹੈ, ਮਤਲਬ ਭਗਤਾਂ ਦੀ ਰੱਖਿਆ ਕਰਦਾ ਹਰ ਥਾਂ ਦੇ ਉੱਤੇ। ਤੇ ਗੁਰੂ ਸਾਹਿਬ ਕਹਿੰਦੇ ਜੋ ਜੋ ਜਪੇ ਸੋ ਹੋਏ ਪਨੀਤ, ਭਗਤ ਪਾਏ ਲਾਵੈ ਮਨ ਹੀਤ। ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜਾ ਗੁਰਮੁਖ ਪਿਆਰਾ ਜਿਹੜਾ ਆਤਮਾ ਜੀਵ ਜਿਹੜੀ ਹੈ ਉਸਨੂੰ ਪਰਮਾਤਮਾ ਨਾਲ ਪ੍ਰੀਤ ਕਰਕੇ ਪਿਆਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਲਿਵ ਜੋੜ ਕੇ ਭਗਤੀ ਭਾਵ ਦੇ ਵਿੱਚ ਪਿਆਰ ਦੇ ਵਿੱਚ ਜਦੋਂ ਉਸਦਾ ਨਾਮ ਸਿਮਰਨ ਕਰਦੀ ਹੈ ਨਾ ਤੇ ਉਹ ਸਾਰੀਆਂ ਆਤਮਾ ਹੀ ਉਸ ਪਰਮ ਪਿਤਾ ਪਰਮਾਤਮਾ ਦੀ ਐਸੀ ਬਖਸ਼ਿਸ਼ ਹੈ ਕਿ ਉਹ ਪੁਨੀਤ ਹੋ ਜਾਂਦੀਆਂ। ਭਾਵ ਪੁਨੀਤ ਕੀ ਹੁੰਦਾ ਕਿ ਸ਼ੁੱਧ ਹੋ ਜਾਣਾ, ਇੰਨਾ ਸ਼ੁੱਧ ਹੋ ਜਾਣਾ, ਨਿਰਮਲ ਹੋ ਜਾਣਾ ਕਿ ਜਿਵੇਂ ਗੁਰੂ ਸਾਹਿਬ ਸਾਨੂੰ ਸੁਖਣੀ ਸਾਹਿਬ ਦੇ ਵਿੱਚ ਹੀ ਦੱਸਿਆ ਹੈ ਪਵਿੱਤਰ 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 ਪੁਨੀਤ। ਤਿੰਨ ਵਾਰੀ ਕਿਸੇ ਵਸਤੂ ਨੂੰ ਤਿੰਨ ਕਾਲਾਂ ਦੇ ਵਿੱਚ, ਤਿੰਨਾਂ ਯੁੱਗਾਂ ਦੇ ਵਿੱਚ, ਚਾਰਾਂ ਯੁੱਗਾਂ ਦੇ ਵਿੱਚ, ਮਤਲਬ ਤਿੰਨਾਂ ਕਾਲਾਂ ਦੇ ਵਿੱਚ ਸਦਾ ਹੀ ਜੋ ਵੀ ਸਮਾਂ ਹੈ, ਜਦੋਂ ਵੀ, ਅੱਜ ਵੀ, ਕੱਲ ਵੀ, ਆਉਣ ਵਾਲਾ ਕੱਲ ਵੀ, ਇਹਨਾਂ ਦੇ ਵਿੱਚ ਉਹ ਜਿਹੜਾ ਹੈ ਨਾ ਪੁਨੀਤ ਹੋ ਜਾਂਦਾ ਹੈ। ਕਿਸ ਤਰ੍ਹਾਂ ਪੁਨੀਤ ਕਹਿੰਦੇ ਆ ਕਿ ਤਿੰਨ ਵਾਰੀ ਸ਼ੁੱਧ ਕਰਨ ਨੂੰ ਪਵਿੱਤਰ ਕਰਨਾ ਕਹਿੰਦੇ ਆ, ਪਵਿੱਤਰ ਤਿੰਨ ਵਾਰੀ ਪਵਿੱਤਰ ਪਵਿੱਤਰ ਕੀਤਾ ਤੇ ਉਹ ਪੁਨੀਤ ਹੋ ਜਾਂਦਾ। ਔਰ ਪੁਨੀਤ ਇੱਕ ਐਸੀ ਅਵਸਥਾ ਦਾ ਨਾਮ ਹੈ ਕਿ ਉਸ ਨੂੰ ਮੁੜ ਕੇ ਮੈਲ ਕਦੇ ਨਹੀਂ ਲੱਗਦੀ, ਉਸ ਨੂੰ ਮੁੜ ਕੇ ਜੰਮਣਾ ਮਰਨਾ ਨਹੀਂ ਪੈਂਦਾ, ਉਸ ਨੂੰ ਮੁੜ ਕੇ ਦੁੱਖ ਦੋਖ ਨਹੀਂ ਲੱਗਦੇ, ਉਸ ਨੂੰ ਕਦੇ ਜੰਮਣ ਮਰਨ ਨਹੀਂ ਲੱਗਦੇ। ਉਹ ਸਦਾ ਪੁਨੀਤ ਹੋ ਕੇ, ਸ਼ੁੱਧ ਹੋ ਕੇ ਪਰਮਾਤਮਾ ਦੀ ਨਿਰਮਲ ਆਤਮਾ ਜਿਹੜੀ ਹੈ, ਨਿਰਮਲ ਆਤਮਾ ਬਣ ਕੇ ਨਿਰਮਲ ਜੋਤ ਪਰਮਾਤਮਾ ਦੀ ਉਸ ਵਿੱਚ ਅਭੇਦ ਹੋ ਜਾਂਦੀ ਆ, ਉਹਨੂੰ ਕਹਿੰਦੇ ਆ ਪੁਨੀਤ ਹੋਣਾ। ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਆ ਨਾ ਉਹ ਇਸ ਤਰ੍ਹਾਂ ਨਾਲ ਪੁਨੀਤ ਹੋ ਜਾਂਦੇ ਆ। ਤੇ ਗੁਰੂ ਸਾਹਿਬ ਕਹਿੰਦੇ ਆ ਹੋਮ ਭਗਤ ਪਾਏ ਲਾਵੈ ਮਨ ਹੀਤ, ਜਿਹੜੇ ਭਗਤੀ ਭਾਵ ਦੁਆਰਾ ਪਰਮਾਤਮਾ ਦੀ ਭਗਤੀ ਕਰਕੇ, ਪਰਮਾਤਮਾ ਨਾਲ ਪਿਆਰ ਕਰਕੇ ਭਗਤੀ ਕਰਦੇ ਆ ਔਰ ਆਪਣਾ ਮਨ ਜਿਹੜਾ ਹੈ ਉਸ ਪਰਮ ਪਰਮਾਤਮਾ ਦੇ ਹਿੱਤ ਕਰ ਲੈਂਦੇ ਆ। ਹੀਤ ਹਿੱਤ ਹੇਤ ਕਰਨਾ, ਜਿਹਨੂੰ ਅਸੀਂ ਪੰਜਾਬੀ ਚ ਜੱਟ ਬੋਲੀ ਚ ਅਸੀਂ ਹੇਜ ਵੀ ਕਹਿ ਦਿੰਦੇ ਹਾਂ, ਹੇਜ ਹੇਤ ਹੇਤ ਬਦ ਪਿਆਰ ਕਰਨਾ ਕਿਸੇ ਨਾਲ। ਤੇ ਗੁਰੂ ਸਾਹਿਬ ਕਹਿੰਦੇ ਆ ਹੀਤ ਜਿਹੜਾ ਮਨ ਦੇ ਹੀਤ ਨਾਲ ਉਸ ਭਗਤੀ ਭਾਵ ਨੂੰ ਕਰਦਾ ਹੈ, ਭਗਤੀ ਪਿਆਰ ਨਾਲ ਭਗਤੀ ਕਰਦਾ ਉਸ ਪਰਮ ਪਿਤਾ ਪਰਮਾਤਮਾ ਦੀ, ਉਹ ਆਤਮਾ ਜਿਹੜੀ ਹੈ ਨਾ ਜਦੋਂ ਇਸ ਤਰ੍ਹਾਂ ਨਾਲ ਪਰਮਾਤਮਾ ਨੂੰ ਜਪਦੀ ਹੈ ਤੇ ਉਹ ਪੁਨੀਤ ਹੋ ਜਾਂਦੀ ਹੈ, ਭਾਵ ਉਸਨੂੰ ਮੁੜ ਕੇ ਮੈਲ ਕਦੇ ਨਹੀਂ ਲੱਗਦੀ, ਉਸਨੂੰ ਆਵਾਗਮਨ ਕੱਟਿਆ ਜਾਂਦਾ, ਉਸਨੂੰ ਜੰਮਣਾ ਮਰਨਾ ਮੁੜ ਕੇ ਨਹੀਂ ਪੈਂਦਾ, ਉਹ ਅਮਰ ਹੋ ਜਾਂਦੀ ਹੈ। ਹੁਣ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਆ, ਹਮ ਨਿਰਗੁਣਿਆਰ ਨੀਚ ਅਜਾਣ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਤੇ ਇਸ ਤਰ੍ਹਾਂ ਦੇ ਨਾਲ ਉਹ ਗੁਰਮੁਖ ਪਿਆਰਾ ਜਿਹੜਾ ਨਾ ਫਿਰ ਵੀ ਪਰਮਾਤਮਾ ਦੀ ਬੇਨਤੀ ਲਾਈ ਰੱਖੇ ਔਰ ਗੁਰੂ ਸਾਹਿਬ ਸਾਨੂੰ ਵੀ ਇਹ ਸਮਝਾਉਂਦੇ ਆ ਭਾਈ ਤੁਸੀਂ ਵੀ ਇਹ ਬੇਨਤੀ ਲਾਇਆ ਕਰੋ ਕਿ ਹਮ ਨਿਰਗੁਣਿਆਰ ਨੀਚ ਅਜਾਣ, ਸਾਡੇ ਵਿੱਚ ਕੋਈ ਗੁਣ ਨਹੀਂ ਆ, ਅਸੀਂ ਨਿਰਗੁਣੇ ਆ ਰਹੇ ਹਾਂ ਹੇ ਸੱਚੇ ਪਾਤਸ਼ਾਹ, ਅਸੀਂ ਨੀਚ ਵੀ ਹਾਂ, ਅਸੀਂ ਅਜਾਣ ਵੀ ਹਾਂ। ਨੀਚ ਦਾ ਮਤਲਬ ਸਾਨੂੰ ਕੋਈ ਗਿਆਨ ਨਹੀਂ ਹੈ, ਅਸੀਂ ਨੀਵੇਂ ਹਾਂ, ਸਾਡੇ ਕਰਮ ਹੋ ਸਕਦਾ ਵੀ ਅਸੀਂ ਤਾਂ ਕਰਮ ਕੋਈ ਉਲਟੇ ਹੀ ਕਰੀਏ, ਅਸੀਂ ਕਰਮ ਕੋਈ ਪਾਪ ਦੇ ਹੀ ਕਰੀਏ, ਪਰ ਤੂੰ ਮਿਹਰ ਕਰਕੇ ਸਾਨੂੰ ਰੱਖ ਲਿਆ, ਅਸੀਂ ਤਾਂ ਅਜਾਣ ਹੈ। ਅਜਾਣ ਦਾ ਮਤਲਬ ਸਾਡੇ ਜਾਣ ਜੀਵਨ ਨਹੀਂ ਹੈ, ਜਿਉਂਦੇ ਨਹੀਂ, ਅਸੀਂ ਤਾਂ ਮੁਰੇ ਹੋਏ ਹਾਂ। ਗੁਰੂ ਸਾਹਿਬ ਕਹਿੰਦੇ ਆ ਵੀ ਉਹਨਾਂ ਬੰਦਿਆਂ 'ਚ ਜੀਵਨ ਨਹੀਂ ਹੁੰਦਾ ਜਿਹੜੇ ਪਰਮਾਤਮਾ ਦੇ ਨਾਮ ਤੋਂ ਰਹਿਤ ਹੁੰਦੇ ਆ, ਤੇ ਅਜਾਣ ਉਹਨੂੰ ਕਹਿੰਦੇ ਆ ਜਿਹੜੇ ਜਾਣਦੇ ਨਾ ਹੋਣ। ਤੇ ਅਸੀਂ ਅਣਜਾਣ ਵੀ ਹਾਂ ਔਰ ਸਾਡੇ 'ਚ ਅਸੀਂ ਜੀਵਨ ਵੀ ਨਹੀਂ ਹੈ, ਜੀਵਨ ਤੂੰ ਸਾਨੂੰ ਦੇਵੇਂਗਾ ਜਦੋਂ ਤੇਰੇ 'ਤੇ ਸਾਡੀ ਸਾਡੇ 'ਤੇ ਤੇਰੀ ਕਿਰਪਾ ਹੋਏਗੀ, ਸਾਨੂੰ ਤੇਰਾ ਨਾਮ ਮਿਲੇਗਾ, ਉਦੋਂ ਸਾਨੂੰ ਜਿਉਂਦੇ ਜਾਗਦੇ ਤੂੰ ਕਰੇਗਾ। ਇਸ ਕਰਕੇ ਕਿਸੇ ਪਰਮ ਪਿਤਾ ਪਰਮਾਤਮਾ ਅਸੀਂ ਤਾਂ ਨਿਰਗੁਣੇ ਆ ਰਹੇ ਹਾਂ, ਅਸੀਂ ਨੀਵੇਂ ਵੀ ਹਾਂ, ਅਸੀਂ ਅਣਜਾਣ ਵੀ ਹਾਂ, ਇਸ ਕਰਕੇ ਸਾਨੂੰ ਜਿਹੜਾ ਨਾ ਤੁਸੀਂ ਰੱਖ ਲਓ। ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਪੰਜਵੇਂ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਇਹ ਸਮਝਾਉਂਦੇ ਆ ਭਾਈ ਇਹ ਬੇਨਤੀ ਲਾਇਆ ਕਰੋ ਅਸੀਂ, ਹੇ ਪਰਮ ਪਿਤਾ ਪਰਮਾਤਮਾ, ਇਹ ਭਗਵਾਨ ਪੁਰਖ, ਇਹ ਕਾਲ ਪੁਰਖ ਅੰਤਰਜਾਮੀ, ਅਸੀਂ ਜਿਹੜੇ ਆ ਤੇਰੀ ਸ਼ਰਨ ਹਾਂ, ਤੂੰ ਸਾਨੂੰ ਰੱਖ ਲੈ, ਸਾਡੇ ਤੇ ਕਿਰਪਾ ਕਰ, ਸਾਨੂੰ ਬਖਸ਼ ਲੈ, ਸਾਨੂੰ ਆਪਣਾ ਪਿਆਰ ਦੇ, ਸਾਨੂੰ ਆਪਣਾ ਨਾਮ ਦੇ, ਸਾਨੂੰ ਸਦਾ ਲਈ ਬਖਸ਼ ਕੇ ਆਪਣੇ ਨਾਲ ਮੇਲ ਲੈ। ਐਸੀ ਬਖਸ਼ਿਸ਼ ਪਰਮਾਤਮਾ ਕਰਨਗੇ, ਫਿਰ ਤੁਹਾਨੂੰ ਆਪਣੇ ਨਾਲ ਮੇਲ ਲੈਣਗੇ। ਅੱਗੇ ਹੁਣ ਅੱਠਵੀਂ ਪਦੀ ਦੇ ਵਿੱਚ ਫਿਰ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਭਾਈ ਫਿਰ ਹੋਰ ਗੁਰਮੁਖ ਪਿਆਰੇ ਨੂੰ ਇਸ ਤਰ੍ਹਾਂ ਦੇ ਨਾਲ ਫਿਰ ਅੱਗੇ ਕੀ ਮਿਲਦਾ ਹੈ।
ਗੁਰੂ ਸਾਹਿਬ ਕਹਿੰਦੇ ਆ ਵੀ ਇਹ ਨਾਮ ਸਿਮਰਨ ਕਰਿਆ ਹੋਰ ਕੀ ਪ੍ਰਾਪਤੀ ਹੁੰਦੀ ਹੈ, ਭਗਤੀ ਕਰਿਆ ਹੋਰ ਕੀ ਪ੍ਰਾਪਤੀ ਹੁੰਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਨੀ ਸੋਭਾ ਧਨਵੰਤ, ਹਿਰਦੇ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਹੁਣ ਗੁਰੂ ਸਾਹਿਬ ਅੱਠਵੀਂ ਪਦੀ ਦੇ ਵਿੱਚ, ਵੀਹਵੀਂ ਅਸ਼ਟਪਦੀ ਦੀ ਅੱਠਵੀਂ ਪਦੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ ਕਿ ਅਸੀਂ ਹੋਰ ਪਰਮ ਪਿਤਾ ਪਰਮਾਤਮਾ ਤੋਂ ਬੇਨਤੀਆਂ ਕਰਕੇ ਕੁਛ ਪਰਮਾਤਮਾ ਤੋਂ ਮੰਗਣਾ ਹੈ, ਕੀ ਸਾਨੂੰ ਮਿਲਦਾ ਹੈ। ਗੁਰੂ ਸਾਹਿਬ ਕਹਿੰਦੇ ਆ ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਜੇ ਜਦੋਂ ਇਹ ਪਰਮਾਤਮਾ ਦੇ ਪਿਆਰੇ ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਨੇ, ਤਾਂ ਉਦੋਂ ਇੱਕ ਨਿਮਖ ਇੱਕ ਪਲਕ ਝਪਕਣ ਜਿੰਨੀ ਦੇਰ ਦੇ ਵਿੱਚ ਪਰਮਾਤਮਾ ਦਾ ਜੇ ਕੋਈ ਨਾਮ ਸਿਮਰਨ ਕਰਦੇ ਆ ਨਾ ਉਹ, ਤੇ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਨੂੰ ਸਾਰੇ ਵੈਕੁੰਠਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਨੂੰ ਇਹ ਮਾਇਆ ਦੇ ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ, ਉਹਨਾਂ ਦੇ ਜਨਮ ਮਰਨ ਤੋਂ ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ, ਔਰ ਉਹ ਮੁਕਤ ਹੋ ਕੇ ਆਤਮਾ ਸਰੂਪ ਜੋਤ ਸਰੂਪ ਹੋ ਕੇ ਪਰਮਾਤਮਾ ਦੇ ਚਰਨਾਂ 'ਚ ਵਿਰਾਜਮਾਨ ਹੋ ਜਾਂਦੇ ਆ, ਪਰਮਾਤਮਾ ਦੇ ਵਿੱਚ ਜੋਤ ਦੇ ਵਿੱਚ ਅਭੇਦ ਹੋ ਜਾਂਦੇ ਆ। ਇਹ ਗੁਰੂ ਸਾਹਿਬ ਕਹਿੰਦੇ ਆ ਵੀ ਉਸ ਗੁਰਮੁਖ ਪਿਆਰਿਆਂ ਨੂੰ ਇੱਕ ਨਿਮਖ ਭਰ ਜਿੰਨੀ ਨਾਮ ਸਿਮਰਨ ਕਰਨ ਦੀ ਜਿਹੜੀ ਹੈ ਨਾ, ਉਸ ਦਾ ਇਹ ਫਲ ਮਿਲਦਾ ਕਿ ਇਹ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਮੋਕਸ਼ ਪ੍ਰਾਪਤ ਹੋ ਜਾਂਦੀ ਹੈ, ਵੈਕੁੰਠ ਮਿਲ ਜਾਂਦਾ ਉਹਨਾਂ ਨੂੰ। ਵੈਕੁੰਠ ਕਹਿੰਦੇ ਆ ਸੁੱਖਾਂ ਦਾ, ਜਿੱਥੇ ਸੁੱਖ ਵਰਤਦੇ ਹੋਣ, ਜਿੱਥੇ ਸੁੱਖ ਰਹਿੰਦੇ ਹੋਣ, ਜਿੱਥੇ ਸੁੱਖ ਹੀ ਸੁੱਖ ਹੋਣ, ਦੁੱਖ ਦਾ ਕੋਈ ਨਾਮ ਨਿਸ਼ਾਨ ਨਾ ਹੋਵੇ, ਜਿੱਥੇ ਸਦਾ ਹੀ ਅੰਮ੍ਰਿਤ ਵਰਸਦਾ ਹੋਵੇ, ਜਿੱਥੇ ਸਦਾ ਹੀ ਪਿਆਰ ਵਰਸਦਾ ਹੋਵੇ, ਜਿੱਥੇ ਸਦਾ ਹੀ ਕਿਰਪਾ ਦ੍ਰਿਸ਼ਟੀ ਵਰਸਦੀ ਹੋਵੇ, ਜਿੱਥੇ ਦਇਆ ਦ੍ਰਿਸ਼ਟੀ ਵਰਸਦੀ ਹੋਵੇ, ਉਹਨੂੰ ਕਹਿੰਦੇ ਆ ਵੈਕੁੰਠ। ਹੁਣ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਆ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਤੇ ਜਦੋਂ ਇਹਨਾਂ ਗੁਰਮੁਖ ਪਿਆਰਿਆਂ ਦੇ ਮੁੱਖ ਤੋਂ ਕੋਈ ਨਾਮ ਦੀ ਕਥਾ ਸੁਣਦਾ ਹੈ, ਜਾਂ ਇਹ ਗੁਰਮੁਖ ਪਿਆਰੇ ਇੱਕ ਤੋਂ ਨਾਮ ਦੀ ਕਥਾ ਸੁਣਦੇ ਹੈ, ਪਰਮਾਤਮਾ ਦੇ ਨਾਮ ਦੀ ਅਕਥ ਕਥਾ ਜਿਹੜੀ ਹੈ ਜਦੋਂ ਇਹ ਸੁਣਦੇ ਹੈ ਨਾ, ਤੇ ਮਨ ਨੂੰ ਪਿਆਰ ਆਉਂਦਾ ਹੈ ਪਰਮਾਤਮਾ ਪ੍ਰਤੀ, ਤੇ ਉਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਉਦੋਂ ਐਸੇ ਫਲ ਮਿਲਦੇ ਆ ਕਿ ਜਿਵੇਂ ਕਿਸੇ ਨੂੰ ਬਹੁਤ ਵੱਡਾ ਰਾਜ ਮਿਲ ਗਿਆ ਹੋਵੇ, ਸਾਰੇ ਪਦਾਰਥਾਂ ਦਾ ਭੋਗ ਮਿਲ ਗਿਆ ਹੋਵੇ, ਔਰ ਸਾਰੇ ਸੰਸਾਰ ਦੀ ਵਡਿਆਈ ਉਸ ਨੂੰ ਮਿਲ ਗਈ ਹੋਵੇ, ਐਸਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਹਿਸੂਸ ਹੁੰਦਾ ਹੈ, ਔਰ ਉਹਨਾਂ ਦਾ ਮਾਣ ਸਤਿਕਾਰ ਇੰਨਾ ਹੁੰਦਾ ਸੰਸਾਰ ਦੇ ਵਿੱਚ ਕਿ ਉਹਨਾਂ ਨੂੰ ਰਾਜ ਵਰਗਾ ਜੀਵਨ ਬਿਤਾਉਂਦੇ ਆ ਉਹ। ਰਾਜ ਪਰਮਾਤਮਾ ਦੇ ਨੇਚਰ ਰਾਜ ਦੇ ਅਧਿਕਾਰੀ ਹੁੰਦੇ ਆ, ਪਰਮਾਤਮਾ ਦੇ ਸਾਰੇ ਸੁੱਖਾਂ ਦੇ, ਸਾਰੇ ਭੋਗਾਂ ਦੇ, ਸਾਰੇ ਭੰਡਾਰਾਂ ਦੇ ਉਹ ਅਧਿਕਾਰੀ ਹੁੰਦੇ ਆ, ਔਰ ਸਾਰੇ ਸੰਸਾਰ ਦੇ ਲੋਕ ਉਹਨਾਂ ਦੀ ਵਡਿਆਈ ਕਰਦੇ ਆ, ਉਹਨਾਂ ਦਾ ਜਸ ਸਾਰੇ ਸੰਸਾਰ ਦੇ ਵਿੱਚ, ਉਹ ਪਰਮ ਪਿਤਾ ਪਰਮਾਤਮਾ ਦਹਿ ਦਿਸ਼ਾ ਦੇ ਵਿੱਚ ਆਪ ਹੀ ਫੈਲਾ ਦਿੰਦਾ, ਲੋਕ ਉਹਨਾਂ ਦਾ ਜਸ ਗਾਣ ਕਰਦੇ ਆ, ਗੁਣਗਾਣ ਕਰਦੇ ਆ, ਲੋਕ ਉਹਨਾਂ ਨੂੰ ਨਮਸਕਾਰਾਂ ਕਰਦੇ ਆ, ਐਸੀ ਗੁਰੂ ਦੀ ਬਖਸ਼ਿਸ਼ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਤੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਦੋਂ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਆ ਨਾ, ਵਾਹਿਗੁਰੂ 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 ਹਰ ਰੋਜ਼ ਕਰਦੇ ਰਹਿੰਦੇ ਆ, ਮੁੱਖ ਤੋਂ ਜਦੋਂ ਨਾਮ ਸਿਮਰਨ ਕਰਦੇ ਆ, ਸਦਾ ਹੀ ਕਰਦੇ ਰਹਿੰਦੇ ਆ ਉਹ, ਤੇ ਉਹਨਾਂ ਦਾ ਭੋਜਨ ਜਿਹੜਾ ਨਾ, ਜਿਵੇਂ ਕਿਸੇ ਨੂੰ 36 ਪ੍ਰਕਾਰ ਦੇ ਭੋਜਨ ਪ੍ਰਾਪਤ ਹੋ ਜਾਣ, ਉਹਨਾਂ ਨੂੰ ਨਾਮ ਦਾ ਰਸ ਜਿਹੜਾ ਹੈ ਐਸਾ ਆਧਾਰ ਬਣਦਾ ਹੈ, ਉਹਨਾਂ ਨੂੰ ਪਰਮਾਤਮਾ ਵੱਲੋਂ ਇਹ ਰਸ ਪ੍ਰਾਪਤੀ ਹੁੰਦੀ ਹੈ ਕਿ ਜਿਵੇਂ 36 ਪਦਾਰਥਾਂ ਦੇ ਭੋਜਨਾਂ ਦੀ ਰਸ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਅਨੇਕਾਂ ਸੁੰਦਰ ਸੁੰਦਰ ਸੋਹਣੇ ਸੋਹਣੇ ਵਸਤੇ ਕੱਪੜ ਵਸਤਰ, ਜਿਸ ਤਰ੍ਹਾਂ ਕਿਸੇ ਗੁਰਮੁਖ ਪਿਆਰੇ ਨੂੰ ਕੰਨਾਂ ਦੇ ਵਿੱਚ ਅਨਹਤ ਧੁਨ ਸੁਣਦੀ ਹੈ, ਸੁੱਖ ਦੇ ਸ਼ਬਦ ਘਨੇਰੇ ਵੱਜਦੇ ਹੈ, ਇਹ ਸੰਗੀਤ ਜਿਹੜਾ ਉਹਨਾਂ ਨੂੰ ਇਹ ਅਨਹਤ ਧੁਨ ਰੂਪ ਬਣ ਕੇ ਸੁਣਦਾ ਰਹਿੰਦਾ ਹੈ, ਤੇ ਇਹ ਪਰਮਾਤਮਾ ਦੇ ਨਾਮ ਦੀ ਰਸਨਾ ਜਦੋਂ ਇਹ ਨਾਮ ਜਪਦੀ ਰਹਿੰਦੀ ਹੈ ਨਾ, ਤੇ ਉਦੋਂ ਇਹਨਾਂ ਮਹਾਂਪੁਰਸ਼ਾਂ ਦੀ ਐਸੀ ਆਨੰਦ ਦੀ ਸਥਿਤੀ ਹੁੰਦੀ ਹੈ, ਇਹਨੂੰ ਪਰਮਾਨੰਦ ਦੀ ਅਵਸਥਾ ਕਹਿੰਦੇ ਆ। ਇਸ ਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ ਉਸ ਗੁਰਮੁਖ ਪਿਆਰਿਆਂ ਨੂੰ, ਬਹੁਤ ਸੋਹਣੇ ਕੱਪੜੇ ਵਸਤਰਾਂ ਦੀ, ਔਰ ਸੰਗੀਤ ਅਨਹਤ ਧੁਨ ਜਿਹੜੀ ਹੈ, ਇਸ ਸੰਗੀਤ ਉਹਨਾਂ ਦੇ ਜਿਹਨਾਂ ਜਿਹੜਾ ਉਹਨਾਂ ਨੂੰ ਆਨੰਦ ਬਖਸ਼ਦਾ ਹੈ, ਪਰਮਾਨੰਦ ਬਖਸ਼ਦਾ ਹੈ, ਉਹ ਉਹਨਾਂ ਦੇ ਵੱਜਦਾ ਰਹਿੰਦਾ ਹੈ। ਐਸੀ ਅਵਸਥਾ ਉਹਨਾਂ ਗੁਰਮੁਖ ਪਿਆਰਿਆਂ ਦੀ ਬਣ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆ ਭਲੀ ਸੁਕਰਨੀ ਸੋਭਾ ਧਨਵੰਤ, ਉਹਨਾਂ ਦੇ ਉਹ ਜੋ ਵੀ ਕਰਮ ਕਰਦੇ ਆ, ਜੋ ਵੀ ਮੁੱਖ ਤੋਂ ਬੋਲਦੇ ਆ, ਜੋ ਵੀ ਸੰਸਾਰ ਦੇ ਵਿੱਚ ਕੋਈ ਵਿਚਰਦੇ ਆ ਕਰਦੇ ਆ, ਉਹ ਭਲਾ ਹੁੰਦਾ ਹੈ। ਹਰ ਕਿਸੇ ਦਾ ਭਲਾ ਕਰਨ ਵਾਸਤੇ ਹੀ ਉਹ ਮੁੱਖ ਚੋਂ ਬੋਲਦੇ ਆ, ਹਰ ਕਿਸੇ ਦਾ ਭਲਾ ਕਰਨ ਵਾਸਤੇ ਹੀ ਉਹ ਹੱਥ ਉਠਾਉਂਦੇ ਆ, ਹਰ ਕਿਸੇ ਦਾ ਭਲਾ ਕਰਨ ਵਾਸਤੇ ਹੀ ਉਹ ਕਰਮ ਕਰਦੇ ਆ। ਤੇ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਦੀ ਸੋਭਾ ਜਿਹੜੀ ਹੈ ਨਾ, ਐਸੀ ਹੁੰਦੀ ਹੈ ਜਿਵੇਂ ਕੋਈ ਬਹੁਤ ਵੱਡਾ ਧਨ ਵਾਲਾ
ਧਨਵਾਨ ਵਿਅਕਤੀ ਹੋਵੇ ਤੇ ਲੋਕ ਉਹਨੂੰ ਨਮਸਕਾਰਾਂ ਕਰਦੇ ਆ, ਐਸੀ ਸ਼ੋਭਾ ਉਹਨਾਂ ਦੀ ਬਣ ਜਾਂਦੀ ਹੈ ਕਿ ਲੋਕ ਉਹਨਾਂ ਨੂੰ ਇਹ ਕਹਿੰਦੇ ਆ ਬਹੁਤ ਧਨਵਾਨ ਹੈ। ਲੋਕ ਉਹਨਾਂ ਤੋਂ ਆ ਕੇ ਮੰਗਾਂ ਮੰਗਦੇ ਆ, ਉਹਨਾਂ ਨੂੰ ਸ਼ਹਿਨਸ਼ਾਹ ਕਹਿੰਦੇ ਆ, ਉਹਨਾਂ ਨੂੰ ਪਾਤਸ਼ਾਹ ਕਹਿੰਦੇ ਆ, ਉਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਆ। ਜਿਹੜੇ ਗੁਰਮੁਖ ਪਿਆਰੇ ਇਸ ਤਰ੍ਹਾਂ ਦੀ ਪਰਮਾਤਮਾ ਦੀ ਭਗਤੀ ਨੂੰ ਪ੍ਰਾਪਤ ਹੋ ਜਾਂਦੇ ਆ, ਤੇ ਗੁਰੂ ਸਾਹਿਬ ਕਹਿੰਦੇ ਹਿਰਦੇ ਵਸੇ ਪੂਰਨ ਗੁਰਮੰਤ। ਉਹਨਾਂ ਦੇ ਹਿਰਦੇ ਦੇ ਵਿੱਚ ਸਿਰਫ ਪੂਰਨ ਪਰਮ ਪਿਤਾ ਪਰਮਾਤਮਾ ਦਾ ਮੰਤਰ ਭਾਵ, ਮੰਤਰ ਕਿਹੜਾ? ਜਿਹੜਾ ਸਾਨੂੰ ਨਾਮ ਸਿਮਰਨ ਮਿਲਿਆ ਹੋਇਆ, ਉਹ ਨਾਮ ਸਿਮਰਨ ਕਰਦੇ ਹੋਏ, ਗੁਰੂ ਦਾ ਮੰਤਰ ਸਿਮਰਨ ਕਰਦੇ ਹੋਏ ਉਹ ਆਪਣੇ ਹਿਰਦੇ ਦੇ ਵਿੱਚ ਵਸਾਈ ਰੱਖਦੇ ਆ, ਔਰ ਇਸ ਤਰ੍ਹਾਂ ਦੇ ਨਾਲ ਜੀਵਨ ਜਿਉਂਦੇ ਆ, ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਆਪਣੇ ਜੀਵਨ ਨੂੰ ਜਿਉਂਦੇ ਰਹਿੰਦੇ ਆ। ਉਹਨਾਂ ਨੂੰ ਹੋਰ ਕੋਈ ਪਿਆਰ ਨਹੀਂ ਹੁੰਦਾ, ਹੋਰ ਕੋਈ ਲੋਭ ਨਹੀਂ ਹੁੰਦਾ, ਹੋਰ ਕੋਈ ਲੋੜ ਉਹਨਾਂ ਨੂੰ ਹੁੰਦੀ ਨਹੀਂ, ਉਹ ਸਿਰਫ ਇੱਕ ਪਰਮ ਪਿਤਾ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਹੋਏ, ਨਸ਼ਿਆਏ ਹੋਏ, ਵਾਹਿਗੁਰੂ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਰਹਿੰਦੇ ਆ। ਅੱਗੇ ਗੁਰੂ ਸਾਹਿਬ ਕੀ ਕਹਿੰਦੇ ਆ ਹੁਣ? ਸਾਧ ਸੰਗ ਪ੍ਰਭ ਦਿਓ ਨਿਵਾਸ, ਸਰਬ ਸੁਖ ਨਾਨਕ ਪਰਗਾਸ। ਤੇ ਸਿਰਫ ਉਹ ਇਸ ਤਰ੍ਹਾਂ ਹੀ ਬੇਨਤੀ ਕਰਦੇ ਰਹਿੰਦੇ ਆ, ਹੇ ਪਰਮ ਪਿਤਾ ਪਰਮਾਤਮਾ, ਉਹਦਾ ਨਾਮ ਸਿਮਰਨ ਕਰਦੇ ਹੋਏ ਬੇਨਤੀ ਰਹਿੰਦੇ ਆ, ਸੱਚੇ ਪਾਤਸ਼ਾਹ ਸਾਧ ਸੰਗਤ ਦੇ ਵਿੱਚ ਸਾਨੂੰ ਨਿਵਾਸ ਦੇ ਦਿਓ, ਅਸੀਂ ਸਾਧ ਸੰਗਤ ਦੇ ਵਿੱਚ ਨਿਵਾਸ ਕਰੀਏ, ਔਰ ਤੁਸੀਂ ਸਾਡੇ ਹਿਰਦੇ ਦੇ ਵਿੱਚ ਨਿਵਾਸ ਕਰੋ। ਸਾਧ ਸੰਗਤ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਤੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਗੁਰਮੁਖ ਪਿਆਰਿਆਂ ਦੀ ਜਿਹੜੇ ਸਾਧ ਸੰਗਤ ਨਾਲ ਪਿਆਰ ਕਰਦੇ ਆ। ਤੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਉਦੋਂ ਫਿਰ ਕੀ ਹੁੰਦਾ ਕਿ ਸਰਬ ਸੁਖ ਨਾਨਕ ਪ੍ਰਗਾਸ। ਪੰਜਵੇਂ ਗੁਰੂ ਨਾਨਕ ਸਾਹਿਬ ਸ਼੍ਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਹੁਣੇ ਬਖਸ਼ਿਸ਼ ਕਰਦੇ ਆ ਸਾਨੂੰ ਕਿ ਉਦੋਂ ਭਾਈ ਸੰਸਾਰ ਦੇ ਸਾਰੇ ਸੁੱਖ ਉਸ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੋ ਜਾਂਦੇ, ਤੇ ਉਸ ਦੇ ਅੰਤਰ ਹਿਰਦੇ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਦਾ ਪ੍ਰਕਾਸ਼ ਰੂਪ ਜਿਹੜਾ ਹੈ ਨਾ, ਜਿਹੜਾ ਕਰੋੜਾਂ ਸੂਰਜਾਂ ਦਾ ਚਾਨਣ ਪ੍ਰਕਾਸ਼ ਬਖਸ਼ਦਾ ਹੈ, ਉਹ ਉਹਨਾਂ ਦੇ ਹਿਰਦੇ ਦੇ ਵਿੱਚ ਦਸਵੇਂ ਦੁਆਰ ਦੇ ਵਿੱਚ ਉਹ ਪ੍ਰਕਾਸ਼ ਰੂਪ ਜਿਹੜਾ ਉਸ ਪਰਮ ਪਿਤਾ ਪਰਮਾਤਮਾ ਦੀ ਜੋਤ ਜਿਹੜੀ ਹੈ ਉਹ ਦਰਸਦਾਰੇ ਦਿੰਦੀ ਰਹਿੰਦੀ ਹੈ, ਔਰ ਉਹ ਪ੍ਰਕਾਸ਼ ਰੂਪ ਉਹਨਾਂ ਦੇ ਅੰਦਰ ਹਿਰਦੇ ਦੇ ਵਿੱਚ ਝਲਕਾਂ ਮਾਰਦਾ ਰਹਿੰਦਾ, ਉਹਨਾਂ ਦੇ ਦਸਵੇਂ ਦੁਆਰ ਦੇ ਵਿੱਚ ਝਲਕਾਂ ਮਾਰਦਾ ਰਹਿੰਦਾ। ਤੋ ਸਾਧ ਸੰਗਤ ਜੀ, ਇਹ ਗੁਰੂ ਸਾਹਿਬ ਸਾਨੂੰ ਹੁਣ ਇੱਕ ਭੇਦ ਦੀਆਂ ਗੱਲਾਂ ਸਮਝਾ ਰਹੇ ਆ ਕਿ ਭਾਈ ਇਸ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਭਗਤੀ ਕਰੋਗੇ ਤੁਹਾਨੂੰ ਇਸ ਤਰ੍ਹਾਂ ਦੀ ਪ੍ਰਾਪਤੀ ਹੋ ਜਾਏਗੀ, ਤੁਹਾਨੂੰ ਪਰਮ ਪਿਤਾ ਪਰਮਾਤਮਾ ਦੇ ਪ੍ਰਕਾਸ਼ ਜੋਤ ਦੇ ਦੀਦਾਰੇ ਹੋਣਗੇ, ਤੁਹਾਨੂੰ ਪ੍ਰਕਾਸ਼ ਤੁਹਾਡੇ ਹਿਰਦੇ ਦੇ ਵਿੱਚ ਹੋ ਜਾਏਗਾ, ਤੁਹਾਡੇ ਹਿਰਦੇ ਦੇ ਵਿੱਚ ਸੁੱਖ ਪਾ ਜਾਣਗੇ, ਤੁਹਾਡਾ ਜੀਵਨ ਸੁਖੀ ਹੋ ਜਾਏਗਾ, ਤੁਸੀਂ ਅਮਰ ਨਾਮ ਦੀ ਪ੍ਰਾਪਤੀ ਕਰਦੇ ਹੋਏ ਨਾਮ ਨਸ਼ੇ ਦੇ ਵਿੱਚ ਨਸ਼ਿਆਏ ਅਗਾਏ ਹੋਏ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੋਗੇ, ਪਰਮਾਤਮਾ ਨਾਲ ਜੁੜੇ ਰਹੋਗੇ ਇਸ ਜੀਵਨ ਦੇ ਵਿੱਚ, ਫਿਰ ਜਦੋਂ ਪਰਮਾਤਮਾ ਦੀ ਇੱਛਾ ਹੋਏਗੀ ਉਸ ਹਿਸਾਬ ਨਾਲ ਤੁਹਾਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਏਗੀ, ਪਰਮਾਤਮਾ ਦੇ ਵਿੱਚ ਅਭੇਦ ਹੋ ਜਾਓਗੇ, ਜੋਤ ਨਾਲ ਜੋਤ ਮਿਲ ਜਾਏਗੀ, ਇਸ ਤਰ੍ਹਾਂ ਦੀ ਤੁਹਾਡੀ ਸਥਿਤੀ ਬਣ ਜਾਏਗੀ। ਤੋ ਸਾਧ ਸੰਗਤ ਜੀ, ਇਹਨੀਆਂ ਵਿਚਾਰਾਂ ਕਰਦੇ ਹੋਏ ਅਸੀਂ ਸ਼ਮਾਂ ਦੇ ਜਾਚਕਾਂ, ਵਿਚਾਰਾਂ ਦੇ ਵਿੱਚ ਕੋਈ ਭੁੱਲੀ ਤਰੁੱਟੀ ਹੋਵੇ ਤੇ ਅਸੀਂ ਸਾਧ ਸੰਗਤ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਔਰ ਸਾਹਿਬ ਸ਼੍ਰੀ ਅਕਾਲ ਪੁਰਖ ਅੰਤਰਜਾਮੀ ਤੋਂ, ਜੋ ਸਾਰੇ ਸੰਸਾਰ ਦਾ ਗੁਰੂ ਹੈ, ਸਾਰੇ ਸੰਸਾਰ ਨੂੰ ਬਖਸ਼ਣ ਦਿੰਦਾ ਹੈ, ਸਾਰੇ ਸੰਸਾਰ ਦਾ ਦਾਤਾ ਹੈ, ਸਾਰੇ ਸੰਸਾਰ ਨੂੰ ਸੁੱਖ ਦੇਣ ਵਾਲਾ ਹੈ, ਸਾਰੇ ਸੰਸਾਰ ਨੂੰ ਸੂਝ ਦੇਣ ਵਾਲਾ ਹੈ, ਸਾਰੇ ਸੰਸਾਰ ਨੂੰ ਪ੍ਰਕਾਸ਼ ਦੇਣ ਵਾਲਾ ਹੈ, ਸਾਰੇ ਸੰਸਾਰ ਨੂੰ ਗਿਆਨ ਦੇਣ ਵਾਲਾ ਹੈ, ਅਸੀਂ ਉਸ ਨੂੰ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੇ ਤੋਂ ਜੇ ਕੋਈ ਗਲਤੀ ਹੋਵੇ ਤੇ ਸ਼ਮਾ ਕਰਨਾ, ਸਾਨੂੰ ਪ੍ਰਕਾਸ਼ ਬਖਸ਼ਣਾ, ਸਾਨੂੰ ਪਿਆਰ ਬਖਸ਼ਣਾ, ਅਸੀਂ ਆਪਦੀ ਸ਼ਰਨ ਹਾਂ, ਸਾਨੂੰ ਆਪਣੀ ਹਿੱਕ ਨਾਲ ਲਾ ਕੇ ਗਲਵੱਕੜੀ ਦੇ ਵਿੱਚ ਲੈ ਲੈਣਾ, ਸਾਨੂੰ ਅੰਗੀਕਾਰ ਕਰਕੇ ਸਾਨੂੰ ਹਰ ਥਾਂ ਤੇ ਸਦਾ ਸਹਾਇ ਹੋਣਾ, ਅਸੀਂ ਤੇਰੇ ਹਾਂ, ਤੇਰੇ ਹਾਂ, ਤੇਰੇ ਹਾਂ, ਤੇਰੇ ਬਿਨਾਂ ਕੋਈ ਹੋਰ ਨਹੀਂ ਸਾਡਾ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਸ਼ਮਾਂ ਦੇ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।